ਉਹ ਸਕੂਲ ਆ ਕੇ ਵੇਖਿਆ ਤਾਂ ਡੇ ਮਿਡ ਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਰ ਦੋ ਕਮਰਿਆਂ ਦੇ ਤਾਲੇ ਟੁੱਟੇ ਆ ਅਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ, ਵਿੱਚ ਸਿਲੰਡਰ ਹੈ ਨਹੀਂ ਆ, ਬਰਤਨ ਹੈ ਨਹੀਂ ਆ, ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਗਏ ਆ ਕੇ ਕਿ ਚਲੋ ਸਰ ਆਉਂਦੇ ਅਸੀਂ ਉਹਨਾਂ ਨੂੰ ਦੱਸ ਦਿਓ। ਅਤੇ ਕੁੱਕਰ ਸੀਗਾ, ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਨਾ ਛੱਡ ਕੇ, ਸਾਨੂੰ ਸਮਝ ਨਹੀਂ ਆਈ ਅਸੀਂ ਪਰਿਓਂ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ। ਉਸ ਪਰਲੀ ਸਾਈਡ ਆ ਸਕੂਲ ਦੀ, ਉੱਧਰੋਂ ਐਂਟਰ ਕੀਤੇ ਆ, ਸੀ ਸੀ ਟੀ ਵੀ ਕੈਮਰਾ 'ਤੇ ਉਹਨਾਂ ਨੇ ਕੱਪੜਾ ਪਾਇਆ ਵਾ ਅਤੇ ਬਾਅਦ ਵਿੱਚ ਆਪਣਾ ਜੋ ਕਾਰੇ ਨੂੰ ਜਿਹੜਾ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ। ਗੁਰਦਾਸਪੁਰ ਸ਼ਹਿਰ ਵਿੱਚ ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਮ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਬਟਾਲਾ ਦੇ ਪਿੰਡ ਮੜੀਆਂ ਦੀ ਹੈ, ਜਿੱਥੇ ਸਰਕਾਰੀ ਸਕੂਲ ਵਿੱਚ ਇੱਕ ਘਟਨਾ ਵਾਪਰੀ ਹੈ, ਜਿਸ ਸਕੂਲ ਵਿੱਚ ਗੈਸ ਸਿਲੰਡਰ ਅਤੇ ਭਾਂਡੇ ਤੱਕ ਚੋਰੀ ਕਰ ਲਏ ਗਏ। ਘਟਨਾ ਸਵੇਰੇ 2 ਵਜੇ ਦੀ ਹੈ, ਜਦੋਂ ਬਟਾਲਾ ਦੇ ਮੜੀਆਂ ਵਾਲਾ 'ਚ ਚੋਰਾਂ ਨੇ ਸਰਕਾਰੀ ਸਕੂਲ ਦੇ ਕਮਰਿਆਂ ਦੇ ਤਾਲੇ ਤੋੜ ਦਿੱਤੇ ਅਤੇ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਅਤੇ ਅੰਦਰੋਂ ਗੈਸ ਸਿਲੰਡਰ, ਭੱਠੀ ਅਤੇ ਬਰਤਨ ਚੋਰੀ ਕਰਕੇ ਫਰਾਰ ਹੋ ਗਏ। ਇਹ ਚੋਰੀ ਦੀ ਘਟਨਾ ਸਕੂਲ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਵਿੱਚ ਕੈਦ ਹੋਈ ਹੈ। ਸਕੂਲ ਪ੍ਰਸ਼ਾਸਨ ਨੇ ਪੁਲਿਸ ਨੇ ਸੰਬੰਧੀ ਸ਼ਿਕਾਇਤ ਕਰ ਦਿੱਤੀ ਹੈ। ਉੱਥੇ ਸਕੂਲ ਦੇ ਅਧਿਆਪਕ ਨੇ ਦੱਸਿਆ ਹੈ ਕਿ 2 ਲੋਕ ਸੀਸੀਟੀਵੀ ਵਿੱਚ ਕੈਦ ਹੋਏ ਨੇ ਅਤੇ ਹੁਣ ਜਾਂਚ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਹੋਏਗੀ। ਸਾਰੀ ਘਟਨਾ ਜੀ, ਅੱਜ ਅਸੀਂ ਜਿਹੜਾ ਘਰੋਂ ਸਕੂਲ ਆਏ ਹਾਂ, ਜਦੋਂ ਸਕੂਲ ਆ ਕੇ ਵੇਖਿਆ ਤਾਂ ਡੇ ਮਿਡ ਡੇ ਮੀਲ ਜਿਹੜੇ ਵਰਕਰ ਸੀਗੇ ਉਹਨਾਂ ਨੇ ਸਾਨੂੰ ਦੱਸਿਆ ਕਿ ਸਰ 2 ਕਮਰਿਆਂ ਦੇ ਤਾਲੇ ਟੁੱਟੇ ਆ ਅਤੇ ਤੁਸੀਂ ਆ ਕੇ ਵੇਖੋ ਇੱਥੇ ਚੋਰੀ ਹੋ ਚੁੱਕੀ ਆ, ਵਿੱਚ ਸਿਲੰਡਰ ਹੈ ਨਹੀਂ ਆ, ਬਰਤਨ ਹੈ ਨਹੀਂ ਆ, ਜੋ ਜੋ ਮੋਟੀਆਂ ਮੋਟੀਆਂ ਚੀਜ਼ਾਂ ਉਹਨਾਂ ਨੂੰ ਨਜ਼ਰ ਆਈਆਂ ਪਰ ਉਹ ਬਾਹਰ ਬਹਿ ਗਏ ਆ ਕੇ ਕਿ ਚਲੋ ਸਰ ਆਉਂਦੇ ਅਸੀਂ ਉਹਨਾਂ ਨੂੰ ਦੱਸਦੇ ਹਾਂ। ਜਦੋਂ ਸਾਨੂੰ ਦੱਸਿਆ, ਅਸੀਂ ਮੇਰੇ ਸਹਿਯੋਗੀ ਸਾਥੀ ਅਧਿਆਪਕ ਨਾਲ ਅਸੀਂ ਦੋਵਾਂ ਨੇ ਵੇਖਿਆ ਅਤੇ ਵਾਕਈ ਸਿਲੰਡਰ ਵਿੱਚ ਹੈ ਨਹੀਂ ਸੀਗੇ, ਭੱਠੀ ਇੱਕ ਸੀਗੀ, ਸਾਡੇ ਕੋਲ ਚੋਰੀ ਹੋ ਗਈ, ਬਰਤਨ ਸੀਗੇ ਵੱਡੇ, ਪਤੀਲੇ ਕੜਾਹੀ ਸੀਗੀ, ਉਹ ਸਾਰਾ ਕੁਝ ਲੈ ਗਏ। ਅਤੇ ਕੁੱਕਰ ਸੀਗਾ, ਪਤਾ ਨਹੀਂ ਕੁੱਕਰ ਕਿਸ ਤਰ੍ਹਾਂ ਕੀ ਨਾ ਛੱਡ ਕੇ, ਸਾਨੂੰ ਸਮਝ ਨਹੀਂ ਆਈ ਅਸੀਂ ਪਰਿਓਂ ਜਾ ਕੇ ਚੁੱਕਿਆ ਜਿੱਧਰੋਂ ਦੀ ਆਏ ਚੋਰ। ਉਸ ਪਰਲੀ ਸਾਈਡ ਆ ਸਕੂਲ ਦੀ, ਉੱਧਰੋਂ ਐਂਟਰ ਕੀਤੇ ਆ, ਸੀ ਸੀ ਟੀ ਵੀ ਕੈਮਰਾ 'ਤੇ ਉਹਨਾਂ ਨੇ ਕੱਪੜਾ ਪਾਇਆ ਵਾ ਅਤੇ ਬਾਅਦ ਵਿੱਚ ਆਪਣਾ ਜੋ ਕਾਰੇ ਨੂੰ ਜਿਹੜਾ ਕਾਰਨਾਮੇ ਨੂੰ ਇਹਨੂੰ ਅੰਜਾਮ ਦਿੱਤਾ ਵਾ। ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਵਾ ਜੋ ਕਿ ਇਹ ਸਕੂਲ ਵਿੱਚ ਵਾਪਰੀ ਆ। ਪਹਿਲਾਂ ਅੱਜ ਤੋਂ ਪਹਿਲਾਂ ਅਸੀਂ ਜਿੰਨਾ ਚਿਰ ਜਦੋਂ ਦੀ ਮੇਰੀ ਸਰਵਿਸ ਹੋ ਚੁੱਕੀ ਮੈਂ ਕਦੀ ਇਹੋ ਜਿਹੀ ਘਟਨਾ ਨਹੀਂ ਵੇਖੀ, ਪਰ ਇਹ ਬਹੁਤ ਹੀ ਮੰਦਭਾਗੀ ਘਟਨਾ ਜੋ ਕਿ ਬੱਚਿਆਂ ਦਾ ਵੀ ਨੁਕਸਾਨ ਕਰਕੇ ਸਕੂਲ ਦਾ ਵੀ ਨੁਕਸਾਨ ਕਰਕੇ। ਹਾਂਜੀ ਹਾਂਜੀ, ਬੱਚਿਆਂ ਨੇ ਕੋਈ ਮਤਲਬ ਰਾਸ਼ਨ ਜਿਹੜਾ ਖਾਣਾ ਸੀ ਉਹਨੂੰ ਸਾਨੂੰ ਹੁਣ ਥੋੜ੍ਹਾ ਜਿਹਾ ਪ੍ਰਬੰਧ ਕਰਨਾ ਪੈਣਾ, ਪਰ ਸਾਰਾ ਚੁੱਲ੍ਹਾ ਠੰਡਾ ਪਿਆ ਵਾ। ਅਤੇ ਬਾਕੀ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਲਦੀ ਤੋਂ ਜਲਦੀ ਇਹਨਾਂ ਚੋਰਾਂ 'ਤੇ ਨੱਥ ਪਾਈ ਜਾਏ ਤਾਂ ਜੋ ਇਹੋ ਜਿਹੀਆਂ ਘਟਨਾ ਜਿਹੜੀਆਂ ਗਾਂਹ ਤੋਂ ਨਾ ਹੋ ਸਕਣ, ਇਹਨਾਂ ਦੇ ਠੱਲ ਪਾਈ ਜਾ ਸਕੇ। ਪ੍ਰਵੀਨ, ਸਵੇਰੇ ਮੈਂ ਆਈ ਸੀ ਅਤੇ ਮੈਂ ਸੋਚਿਆ ਵੀ ਮੈਂ ਤਾਲਾ ਖੋਲ੍ਹਣੀ ਆ ਅਤੇ ਅੱਗੇ ਦਫ਼ਤਰ ਚਾਬੀ ਲੈਣ ਲੱਗੀ, ਅੱਗੇ ਮੈਂ ਚਾਬੀ ਲੈ ਕੇ ਆਈ ਅਤੇ ਤਾਲਾ ਨਾ ਖੁੱਲ੍ਹਾ ਸੀ ਅਤੇ ਜਿੰਦਰਾ ਵੀ ਖੁੱਲ੍ਹਾ ਸੀ, ਜਿੰਦਰਾ ਨਹੀਂ ਲੱਗਾ ਸੀ। ਅਤੇ ਮੈਂ ਨਾ ਸਰ ਨੂੰ ਫੋਨ ਕੀਤਾ ਸੀ, ਸਰ ਜੀ ਹੁਣ ਫੋਨ ਚੁੱਕਿਆ ਅਤੇ ਕਹਿੰਦੇ ਵੀ ਕੋਈ ਨਹੀਂ ਵੀ ਬੰਦ ਆ ਰਿਹਾ। ਅਤੇ ਫਿਰ ਮੈਂ ਸਰ ਜੀ ਹੁਣੇ ਆ ਗਏ, ਸਰ ਜੀ ਵੀ ਲਾਉਣਾ ਵੀ ਤਾਂ ਬਰਤਨਾਂ ਦੀ ਚੋਰੀ ਹੋ ਗਈ ਆ। ਅਤੇ ਸਰ ਨੂੰ ਫਿਰ ਆ ਕੇ ਦੇਖਿਆ ਅਤੇ ਵਾਕਈ ਬਰਤਨ ਇਹ ਕੰਮ ਹੋਇਆ, ਵੀ 3 ਪਤੀਲੇ ਲੈ ਗਏ ਨਾ, ਪਤੀਲਾ ਲੈ ਗਏ, ਇੱਕ ਲੈ ਗਏ ਟੱਪ ਲੈ ਗਏ ਨਾ, 2 ਸਿਲੰਡਰ ਲੈ ਗਏ ਨਾ, ਭੱਠੀ ਲੈ ਗਏ ਚੁੱਕੇ। ਅੱਜ ਬਹੁਤ ਮੁਸ਼ਕਿਲ ਆਇਆ ਜੀ। ਹਾਂਜੀ ਹਾਂਜੀ, ਮੰਗ ਸਾਡੀ ਵੀ ਇਹ ਸਾਡਾ ਸਮਾਨ ਸਾਨੂੰ ਵਾਪਸ ਮਿਲ ਜਾਵੇ।